ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਵਰਦਾਨ ਬਖਸ਼ਿਸ਼ ਕੀਤਾ, ਵਿਧੀ ਚੰਦ ਛੀਨਾ ਗੁਰੂ ਕਾ ਸੀਨਾ। ਭਾਈ ਵਿਧੀ ਚੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਮਹਾਰਾਜ ਇਹ ਤਾਂ ਤੁਸੀਂ ਵਰਦਾਨ ਦਿੱਤਾ ਹੈ ਆਪਣੀ ਖੁਸ਼ੀ ਨਾਲ, ਆਪਣੀ ਮਿਹਰ ਨਾਲ। ਹੁਣ ਮੈਂ ਜਿਹੜਾ ਮੰਗਣ ਲੱਗਾ, ਕੁਝ ਦਾਨ ਮੈਨੂੰ ਮੰਗਿਆ ਦਿਓ ਜੇ ਮੇਰੇ 'ਤੇ ਖੁਸ਼ ਹੋ। ਕਹਿਣ ਲੱਗੇ ਮੰਗੋ। ਤਾਂ ਉਹਨਾਂ ਨੇ ਜਿਹੜੀ ਦਾਤ ਮੰਗੀ ਉਹ ਇਹ ਮੰਗੀ, ਐ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਖੁਸ਼ ਹੋ, ਇੱਕ ਕਿਰਪਾ ਕਰੋ, ਇੱਕ ਤਾਂ ਨਾਮ ਦਾ ਰੰਗ, ਪਹਿਲੀ ਗੱਲ ਮੈਨੂੰ ਨਾਮ ਦਾ ਰੰਗ ਚੜਿਆ ਰਹੇ, ਕਦੀ ਰੰਗ ਉਤਰੇ ਨਾ, ਨਾਮ ਦਾ ਰੰਗ ਬਖਸ਼ੋ। ਦੂਸਰਾ ਕਹਿਣ ਲੱਗੇ ਸਾਧ ਦਾ ਸੰਗ ਬਖਸ਼ੋ, ਜਿਹੜੇ ਤੇਰੇ ਗੁਰਮੁਖ ਨੇ, ਬੰਦਗੀ ਕਰਨ ਵਾਲੇ ਨੇ, ਨਾਮ ਜਪਣ ਵਾਲੇ ਨੇ, ਉਹਨਾਂ ਗੁਰਮੁਖਾਂ ਦਾ ਮੈਨੂੰ ਸੰਗ ਬਖਸ਼ੋ। ਦੂਸਰੀ ਦਾਤ ਇਹ ਨਾਮ ਦਾ ਰੰਗ, ਸਾਧ ਦਾ ਸੰਗ, ਅਤੇ ਤੀਸਰਾ ਬਚਨ ਕਿਹਾ, ਕਹਿਣ ਲੱਗੇ ਨਿਸ਼ਚਾ ਅਪੰਗ, ਮੈਨੂੰ ਵਿਸ਼ਵਾਸ ਉਹ ਬਖਸ਼ੋ ਜਿਹੜਾ ਕਦੀ ਭੰਗ ਨਾ ਹੋਵੇ, ਟੁੱਟੇ ਨਾ। ਵਿਸ਼ਵਾਸ ਇੰਨਾ ਹੋਵੇ ਗੁਰੂ 'ਤੇ, ਰੱਬ 'ਤੇ, ਕਿ ਉਹਦੇ ਵਿੱਚ ਤ੍ਰੇੜ ਨਾ ਆਵੇ। ਜੋ ਵਿਸ਼ਵਾਸ ਮੈਂ ਕਰਨਾ, ਕਦੀ ਉਹਦੇ ਵਿੱਚ ਭੋਰਾ ਵੀ ਤਰਕ ਅਤੇ ਸ਼ੱਕ ਨਾ ਆਵੇ ਕਿ ਆਹ ਹੋ ਸਕਦਾ ਜਾਂ ਨਹੀਂ ਹੋ ਸਕਦਾ। ਨਹੀਂ ਪਿਆਰਿਓ, ਸਿੱਖ ਵਿਸ਼ਵਾਸ 'ਤੇ ਜਿਉਂਦਾ। ਆਹ ਤਿੰਨ ਦਾਤਾਂ ਮੰਗੀਆਂ, ਨਾਮ ਦਾ ਰੰਗ, ਸਾਧ ਦਾ ਸੰਗ, ਨਿਸ਼ਚਾ ਅਪੰਗ। ਸਤਿਗੁਰੂ ਕਹਿਣ ਲੱਗੇ ਸਿੱਖਾਂ ਤਿੰਨੇ ਦਾਤਾਂ ਤੈਨੂੰ ਦਿੱਤੀ। ਹੁਣ ਜਿਹਨੂੰ ਇਹ ਤਿੰਨੇ ਮਿਲ ਗਈਆਂ, ਗੁਰੂ ਕੇ ਸਵਾਲ ਸਮਝ ਲੈਣਾ, ਧਰਮ ਉਹਦੀ ਝੋਲੀ ਵਿੱਚ ਗੁਰੂ ਨੇ ਪਾ ਦਿੱਤਾ, ਰੱਬ ਉਹਨੂੰ ਸਾਖਸ਼ਾਤ ਦੇ ਦਿੱਤਾ। ਔਰ ਜਿਹਨੂੰ ਇਹ ਤਿੰਨੇ ਦਾਤਿਆਂ, ਜਿਹਨੇ ਨਾਮ ਜਪ ਲਿਆ, ਸਾਧ ਦਾ ਸੰਗ ਕਰ ਲਿਆ, ਨਾਮ ਦਾ ਰੰਗ, ਸਾਧ ਦਾ ਸੰਗ, ਅਤੇ ਨਿਸ਼ਚਾ ਅਪੰਗ, ਜਿਹਨੂੰ ਗੁਰੂ ਸਾਹਿਬ ਕਹਿੰਦੇ ਨੇ ਵੀ ਜਿਹਦੇ ਮਨ ਵਿੱਚ ਪ੍ਰਤੀਤ ਹੈ, ਜਿਹਦੇ ਮਨ ਵਿੱਚ ਭਰੋਸਾ ਹੈ, ਚੜ੍ਹਦੀਆਂ ਕਲਾ ਉਹਨੂੰ ਹੀ ਮਿਲਦੀਆਂ। ਜਿਹਨੂੰ ਭਰੋਸਾ ਨਹੀਂ, ਵਿਸ਼ਵਾਸ ਨਹੀਂ ਪਿਆਰਿਓ, ਉਹਨੂੰ ਕਦੀ ਚੜ੍ਹਦੀ ਕਲਾ ਪ੍ਰਾਪਤ ਨਹੀਂ ਹੁੰਦੀ। ਵਿਸ਼ਵਾਸ ਵਿੱਚ ਤਾਂ ਹੀ ਗੁਰੂ ਸਾਹਿਬ ਕਹਿੰਦੇ ਪ੍ਰਤੀਤ ਹੀ ਇਹ ਆਈ ਜਿਨ ਜਨ ਕੇ, ਤਿੰਨ ਕੋ ਪਦਵੀ ਉੱਚ ਭਈ। ਜਾਂ ਕਹਿੰਦੇ ਨੇ ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੀਤ। ਜਿਹਨੂੰ ਪ੍ਰਤੀਤ ਹੈ, ਵਿਸ਼ਵਾਸ ਹੈ, ਉਹਨੂੰ ਰੱਬ ਚੇਤੇ ਆਉਂਦਾ। ਜਿਹਨੂੰ ਆ ਤਿੰਨ ਦਾਤਾਂ ਮਾਲਕ ਨੇ ਬਖਸ਼ ਦਿੱਤੀਆਂ, ਉਹ ਮਾਲਾ ਮਾਲ ਹੋ ਗਿਆ। ਗੁਰੂ ਸਾਹਿਬ ਕਹਿੰਦੇ ਨੇ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ, ਨਾਨਕ ਸਿਮਰੈ ਏਕ ਨਾਮ ਫਿਰ ਬੌੜ ਨਾ ਤਾਈ। ਕਹਿਣਗੇ ਮੈਂ ਇੱਕ ਨਾਮ ਜਪਦਾ ਅਤੇ ਦੁਬਾਰਾ ਮੈਨੂੰ ਧਾਣਾ ਨਹੀਂ ਪੈਂਦਾ। ਧਾਣਾ ਦਾ ਮਤਲਬ ਹੈ ਆਵਾਗਾਉਣ ਦਾ ਚੱਕਰ, ਇਹਦੇ ਤੋਂ ਮੁਕਤ ਹੋ ਗਿਆ। ਨਾਮ ਜਪਿਆ, ਆਉਣਾ ਜਾਣਾ ਸਾਰਾ ਸਮਾਪਤ ਹੋ ਗਿਆ। ਐਸੀ ਗੁਰੂ ਨੇ ਕਿਰਪਾ ਕੀਤੀ, ਨਾਮ ਜਪਣ ਕਰਕੇ, ਬੰਦਗੀ ਕਰਨ ਕਰਕੇ ਆਵਣ ਜਾਣ ਰਹਿਓ, ਆਉਣਾ ਅਤੇ ਜਾਣਾ ਮਿੱਟ ਗਿਆ। ਇਸ ਕਰਕੇ ਗੁਰਦੇਵ ਸੱਚੇ ਪਾਤਸ਼ਾਹ ਜੀ ਬਚਨ ਕਹਿੰਦੇ ਨੇ, ਤੂੰ ਇਸ ਗੱਲ ਦਾ ਧਿਆਨ ਰੱਖ, ਰੁੱਤ ਆਈ ਹੈ, ਸਰੀਰ ਮਿਲਿਆ ਔਰ ਤੰਦਰੁਸਤ ਮਿਲਿਆ। ਜਿਹਨੂੰ ਤੰਦਰੁਸਤੀ ਮਿਲੇ ਸਰੀਰ ਨਾਲ, ਸਰੀਰ ਮਿਲੇ, ਸਰੀਰ ਨਾਲ ਤੰਦਰੁਸਤੀ ਮਿਲੇ, ਅਤੇ ਜਿਹਨੂੰ ਸੰਗਤ ਮਿਲੇ ਭਲਾ, ਉਹਨੂੰ ਹੋਰ ਕੀ ਚਾਹੀਦਾ। ਜੇ ਤੰਦਰੁਸਤੀ ਵੀ ਹੈ, ਸਰੀਰ ਵੀ ਹੈ, ਪਰ ਬੰਦਾ ਇਸ ਪਾਸੇ ਆਵੇ ਨਾ, ਤਾਂ ਫਿਰ ਭਗਤ ਜੀ ਬਚਨ ਕਰਦੇ ਨੇ, ਕਹਿਣ ਲੱਗੇ ਸਰੋਵਰ ਭਰਿਆ ਸੀ ਅਤੇ ਪਿਆਸਾ ਕਿਨਾਰੇ 'ਤੇ ਖਲੋਤਾ,
ਝੁਕਣ ਲਈ ਤਿਆਰ ਨਹੀਂ ਕਿ ਝੁੱਕ ਕੇ ਦੋ ਘੁੱਟਾਂ ਸਰੋਵਰ ਵਿੱਚੋਂ ਪਾਣੀ ਦੀਆਂ ਭਰ ਕੇ ਪੀ ਲਵਾਂ, ਪਿਆਸ ਬੁਝਾ ਲਵਾਂ। ਕਹਿਣ ਲੱਗੇ ਬਸ ਖਲੋਤਾ ਖਲੋਤਾ ਹੀ ਪਿਆਸਾ ਮਰ ਗਿਆ। ਇਹਨੂੰ ਕਹਿੰਦੇ ਕੀ ਕਹੋਗੇ, ਇਹਨੂੰ ਆਖੋਗੇ ਐਡਾ ਵੱਡਾ ਮੰਦ ਭਾਗਾ ਹੋਰ ਕੌਣ ਹੋ ਸਕਦਾ। ਉਹ ਕਹਿੰਦੇ ਪਰ ਉਹਨਾਂ ਨੇ ਸਾਵਧਾਨ ਕੀਤਾ, ਕਬੀਰ ਪਾਲ ਸਮੂਹਾ ਸਰਵਰ ਭਲਾ, ਪੀ ਨਾ ਸਕੇ ਕੋਈ ਨੀਰ, ਭਾਗ ਵੱਡੇ ਤੈ ਪਾਇਆ ਤੂੰ ਭਰ ਭਰ ਪੀਓ ਕਬੀਰ। ਵੱਡੇ ਭਾਗਾਂ ਨਾਲ ਤੈਨੂੰ ਮਿਲਿਆ ਅਤੇ ਤੂੰ ਭਰ ਭਰ ਕੇ ਪੀ, ਕਦੀ ਸਮਾਂ ਅਜਾਈ ਨਾ ਗਵਾਏ। ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਬਸ ਜੇ ਇਸ ਪਾਸੇ ਤੂੰ ਆ ਗਿਆ ਤਾਂ ਤੇਰੀ ਦੇਹ ਸਕਾਰ ਥਾ। ਨਾਮ ਜਪਿਆ ਜੇਬਾ ਪਵਿੱਤਰ, ਨਾਮ ਸੁਣਿਆ ਕੰਨ ਪਵਿੱਤਰ, ਦਰਸ਼ਨ ਗੁਰੂ ਕੇ ਕੀਤੇ ਨੇਤਰ ਪਵਿੱਤਰ। ਅਤੇ ਜੇ ਇਹ ਕੁਝ ਨਾ ਹੋਇਆ ਤਾਂ ਫਿਰ ਕਹਿੰਦੇ ਨੇ ਸਤਿਗੁਰੂ ਬਚਨ ਕਰਦੇ ਨੇ, ਨੈਣ ਨਾ ਦੇਖੇ ਸਾਧ ਸੇ ਨੈਣ ਬਹਾ ਲਿਆ। ਜਿਹੜੇ ਨੇਤਰ ਸਤਿਗੁਰੂ ਨੂੰ ਸਾਧੂਆਂ ਨੂੰ ਨਹੀਂ ਵੇਖਦੇ, ਐਸੇ ਨੇਤਰਾਂ ਤੋਂ ਕੀ ਕਰਨਾ। ਨੈਣ ਨਾ ਦੇਖੇ ਸਾਧ ਸੇ ਨੈਣ ਬਹਾ ਲਿਆ, ਕਰਨ ਨਾ ਸੁਣੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਖਟੀਐ, ਹਰ ਹਾਂ ਜਬ ਵਿਸਰੇ ਗੋਬਿੰਦ ਰਾਏ ਦਿਨੋ ਦਿਨ ਘਟੀ। ਕਹਿੰਦੇ ਜਦੋਂ ਮਾਲਕ ਭੁੱਲ ਜਾਏ ਫਿਰ ਦਿਨੋਂ ਦਿਨ ਕਦੀ ਵਾਧਾ ਨਹੀਂ ਹੁੰਦਾ, ਘਾਟਾ ਹੁੰਦਾ। ਇਸ ਕਰਕੇ ਗੁਰੂ ਕੇ ਸਵਾਰੋ ਗਰੀਬ ਨਿਵਾਜ ਪਾਤਸ਼ਾਹ ਜੀ ਬਚਨ ਕਰਦੇ ਨੇ ਵੀ ਤੈਨੂੰ ਨਾਮ ਜਪਣ ਦਾ ਵੇਲਾ ਪ੍ਰਾਪਤ ਹੋਇਆ, ਦੇਰ ਨਾ ਕਰੇ।